ਜੀ ਵੈਲਕਮ ਹੈ ਸਭ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਤੇ ਅੱਜ ਵੀ ਆਪਾਂ ਕਣਕ ਵੱਢਣੀ ਆ ਥੋੜੀ ਤੇ ਆ ਕੇ ਖੇਤ, ਉਹ ਸਾਹਮਣੇ ਕੰਬਾਈਨ ਚੱਲਦੀ ਆ ਤੇ ਜਦੋਂ ਹੂਟਰ ਵੱਜੂ ਉਦੋਂ ਪਵਾ ਲਾਂਗੇ ਦਾਣੇ। ਥੋੜੇ ਯਾਰ ਟਰਾਲੀ 'ਚ ਪਾਉਣੇ, ਥੋੜੇ ਉਹ ਜੌਂਡੀਅਰ ਵਾਲੀ 'ਚ ਪਾਉਣੇ, ਉਹ ਪਰੇ ਖੜੇ। ਛੱਤਰੀ ਉੱਚੀ ਕਰਕੇ ਬਾਈ ਨੂੰ ਮਸ਼ੀਨ ਤਾਂ ਪਰੇ ਦੀ ਘੁਮਾਉਣੀ ਪੈਂਦੀ ਆ ਹਰੇਕ ਵਾਰ, ਜੌਂਡੀਅਰ ਦੇ ਜਮਾਂ ਨੇੜ ਦੀ ਲੰਘ ਜਾਂਦੀ ਆ, ਬਾਹਲਾ ਵੱਡਾ ਚੱਕਰ ਪੈ ਜਾਂਦਾ ਵਾ। ਅੱਜ ਦਾ ਵਲੌਗ ਆਪਣਾ ਲਾਸਟ ਹੀ ਆ ਕਣਕ 'ਤੇ, ਮੁੜ ਕੇ ਹੁਣ ਕਣਕ 'ਤੇ ਨਹੀਂ ਆਉਣਾ, ਹੁਣ ਤਾਂ ਅਗਲੇ ਸਾਲਾਂ 'ਚ ਆਊਗਾ। ਬਸ ਡਰਾਈਵਰ ਵੀ ਆਉਂਦਾ, ਡਰਾਈਵਰ ਨੂੰ ਕਿਹਾ ਕੋਕ ਲੈ ਕੇ ਆਏ, ਨਹੀਂ ਆਈ ਨਾ, ਡਰਾਈਵਰ ਤਾਂ ਘਰ ਉਹਦੇ ਨੇੜੇ ਹੀ ਆ। ਚੱਲੀ ਜਾਂਦੇ ਆ ਕੰਬਾਈਨ, ਕਹਿੰਦੇ ਕੌਣ ਆ ਗਿਆ, ਡਰਾਈਵਰ ਆ ਗਿਆ, ਡਰਾਈਵਰ ਸੱਪ ਕੌਟੀਆਂ ਵਾਲਾ ਤੇਰਾ ਡਰਾਈਵਰ ਯਾਰ ਕੁੜੇ, ਉਹ ਆਉਂਦਾ ਸਾਹਮਣੇ। ਚਾਲ ਤਾਂ ਦੇਖੋ ਮੁੰਡੇ ਦੀ, ਤਾਂ ਦੇਖੋ ਮੁੰਡੇ ਦੀ, ਲੈ ਐ ਟਮਟਮਾਉਂਦਾ ਆਉਂਦਾ ਪੂਰਾ, ਐ ਲਹਿਰ ਤਾਂ ਹੀ ਆਉਂਦਾ ਹਵਾ 'ਚ, ਮੈਨੂੰ ਆਏ ਹਾਂ ਵੀ ਵਾਪਸੀ ਨਾ ਚਲੇ ਜਾਵੇ, ਟਿਮਟਮਾਉਂਦਾ ਆਉਂਦਾ ਮੈਨੂੰ ਆਇਆ ਹਵਾ ਹੀ ਨਾ ਚੱਕ ਕੇ ਪਿੱਛੇ ਮਾਰੇ ਇਹਨੂੰ। ਕੌਣ ਆ ਗਿਆ ਕੂਕ ਦੇ ਨਾਲ ਡਰਾਈਵਰ, ਪਹੁੰਚ ਕੇ ਮੇਰੀ ਵੀਰੇ ਉਹ ਆ ਜਾਓ ਸਰ, ਲਾਲ ਟੀ ਸ਼ਰਟ ਪਾਈ। ਤੋ ਵੀ ਮਿੱਤਰੋ ਆਪਣਾ ਕੰਮ ਨਿਪਟ ਗਿਆ, ਉਹ ਜਿਉਂ ਵੱਢਣੇ ਰਹਿ ਗਏ ਆਪਣੇ ਬਸ ਥੋੜ੍ਹੇ, ਅਤੇ ਹੁਣ ਚੌਂਡੀਅਰ ਮਗਰ ਤੂੰ ਆਪਣੇ ਟਰਾਲੀ ਪਾ ਕੇ ਲੈ ਕੇ ਆਉਣੀ ਆ, ਉਹ ਚਾਚੇ ਨੂੰ ਆਪਾਂ ਪਵਾ ਦੇਣੀ ਹੈ ਅਤੇ ਆਪਣਾ ਕੰਮ ਜਾਣੀ ਕਿ ਨਿਪਟ ਗਿਆ ਅੱਜ ਦਾ। ਲਓ ਵੀ ਹੁਣ ਚੌਂਡੀਅਰ ਅਤੇ ਮਹਿੰਦਰਾ ਦੋਨੇ ਜਾਣੀ ਕਿ ਭਰਾ ਭਰਾ ਚੱਲੇ ਘਰ ਨੂੰ, ਦੋਨੇ ਟਰਾਲੀਆਂ ਉਹ ਕੱਢਦੀਆਂ ਆਪਾਂ, ਅਤੇ ਹੁਣ ਤੀਜੀ ਟਰਾਲੀ ਪਾ ਕੇ ਲੈ ਕੇ ਆਉਣੀ ਆ ਉਹਦੇ ਮਗਰ, ਇਹਨੂੰ ਕਢਾ ਲੈਣਾ ਘਰੇ, ਆਪਣਾ ਕੰਮ ਨਿਬੜ ਗਿਆ ਅਤੇ ਜਿਹੜਾ ਉਹ ਵੱਢਣੇ ਆ ਉਹ ਆਪਾਂ ਆਪਦੇ ਵਾਲੀ ਟਰਾਲੀ 'ਚ ਪਵਾ ਲੈਣੇ ਆ। ਮੰਡੀ 'ਚ ਜਮ੍ਹਾਂ ਜਗ੍ਹਾ ਨਹੀਂ ਅੱਜ, ਤਾਂ ਕਰਕੇ ਤਿੰਨ ਟਰਾਲੀਆਂ ਲਾਉਣੀਆਂ ਪੈ ਗਈਆਂ। ਵੱਡੇ ਯਾਰ ਮਗਰ ਟਰਾਲੀ ਪਵਾ ਤੀ ਅਤੇ ਹੁਣ ਇਹ ਜਾਊਗੀ ਖੇਤ, ਆਪਾਂ ਵਿਹਲੇ, ਆਪਾਂ ਚੱਲਦੇ ਹਾਂ ਹੁਣ ਘਰ ਨੂੰ, ਸ਼ਾਮ ਨੂੰ ਦੇਖਦੇ ਹਾਂ ਕੀ ਕੰਮ ਕਾਰ ਆ। ਇਹ ਟਰਾਲੀ ਜਾਊ ਹੁਣ ਖੇਤ, ਅੱਜ ਦਾ ਕੰਮ ਹੀ ਆ ਬਸ ਆਪਣਾ, ਟਰਾਲੀਆਂ ਟਰੂਲੀਆਂ ਵਾਲਾ ਮੁੜ ਕੇ ਬੈੱਡ ਬੁੱਡ ਲਾ ਕੇ ਖੜਾ ਆਉਣੀ ਹੈ ਆਪਾਂ। ਸਾਹਮਣੇ ਉੱਧਰ ਰੈੱਡ ਹੋਰਸ ਖੜਾ, ਬੜੀ ਕੱਲ੍ਹ ਆਪਾਂ ਟਰਾਲੀ ਭਰ ਕੇ ਖੜਾਈ ਸੀ ਉਹ ਲੈ ਆਉਂਦੀ, ਅਤੇ ਦੁਆ ਦੂਜੀ ਵੀ ਲੈ ਕੇ ਆਉਣੀ ਆ, ਅਤੇ ਦੋਨੇ ਟਰਾਲੀਆਂ ਪੌਰੇ ਖਾਲੀ ਕਰਨੀਆਂ ਨੇ ਜੋਧਾ ਨੇ ਮੰਡੀ 'ਚ, ਅਤੇ ਬਾਹਰ ਟਰਾਲੀ ਖਾਲੀ ਕਰਕੇ ਦੂਜੀ ਲੈ ਕੇ ਆਉਣੇ ਹੁਣ ਜਾ ਕੇ। ਮਿੱਤਰੋ ਦੂਜੀ ਟਰਾਲੀ ਲੈ ਕੇ ਆ ਗਏ ਅਤੇ ਪਰਨੇ ਪੁਰਨੇ ਘੁੰਮ ਗਏ, ਤੜਕੇ ਤੜਕੇ ਕੰਮ ਬਾਈ ਦੱਸਦਾ ਵਾ ਕਿੱਥੇ ਲਾਉਣੀ ਆ ਉੱਥੇ ਲਾ ਦਈਏ। ਬਸ ਆਹ ਬਲੌਗ ਲਾਸਟ ਹੀ ਆ ਕਣਕ ਵਾਲਾ, ਬਸ ਆਹ ਲਾਸਟ ਟਰਾਲੀ ਆ, ਮਤਲਬ ਸਾਰਾ ਨਿਬੜ ਗਿਆ, ਇੱਥੇ ਲਾਹਣੇ ਆ ਉਹ ਪਹਿਲਾਂ ਲਾ ਕੇ ਗਏ ਢੇਰੀ ਆ, ਇੱਕ ਇੱਥੇ ਲਾਹਣੇ ਆ। ਉੱਪਰੇ ਟਰਾਲੀ ਖਾਲੀ ਕਰਨੀ ਆ ਹੁਣ, ਟਰਾਲਾ ਖੋਲਦੀ ਆ ਕਿਰਾ, ਚੱਕਦਾ ਹੁਣ ਲੈਫਟ ਚੱਕਦੀ ਕਰਾਂ, ਆਹ ਲਾਸਟ ਟਰਾਲੀ ਹੋਈ ਆ, ਚੱਲ ਵੀ ਹੋ ਜਾ ਤਾਂ ਚੱਲੀ ਤਾਂ। ਪੱਤੀ ਖਾਲੀ ਨਿਬੜ ਗਿਆ ਸਾਰਾ ਕੰਮ, ਬਾ ਜਿਹੜੀ ਵਿੱਚ ਰਹਿਗੀ ਉਹ ਲਾਉਣੀ ਆ ਹੁਣ, ਥੱਲੇ ਰੱਖਦਾ ਲੈ ਵੀ ਆਇਆ ਥੱਲੇ ਟਰਾਲੀ, ਰੇਤ ਦੇ ਦੀਏ ਛੇਤੀ ਆਊ, ਰੇਤ ਦਿੱਤੀ ਤਾਂ ਫਰਕ ਪੈ ਜਾਂਦਾ। ਲਓ ਮਿੱਤਰੋ ਸ਼ਾਮ ਦੇ ਬਚ ਕੇ ਚਾਰ, ਆਪਾਂ ਮਗਰ ਝਗਾਂਡਾ ਪਾ ਲਿਆ, ਮੰਡੀ 'ਚੋਂ ਕਣਕ ਦੀਆਂ ਬੋਰੀਆਂ ਲੈ ਕੇ ਆਉਣੀਆਂ ਚੱਕ ਕੇ, ਆਪਾਂ ਉਸ ਦਿਨ ਕਣਕ ਥੋੜ੍ਹੀ ਘੱਟ ਲਾ ਲਈ ਸੀ ਘਰੇ, ਆਪਾਂ ਨੂੰ ਹੁਣ ਹੋਰ ਲੋੜ ਆ, ਆਪਾਂ ਇੱਕ ਬੰਦੇ ਨੂੰ ਕਣਕ ਦੇਣੀ ਸੀ ਉਹ ਘਰੇ ਕਣਕ ਗਈ ਘਾਟ, ਅਤੇ ਉੱਥੋਂ ਚੱਕ ਲਿਆਉਂਦੇ ਹਾਂ ਬੋਰੀਆਂ 'ਚੋਂ, ਉਹਨਾਂ ਦੀਆਂ ਬੋਰੀਆਂ ਬਾਅਦ 'ਚੋਂ ਵਾਪਸ ਕਰ ਆਵਾਂਗੇ। ਅਤੇ ਹੁਣ ਮੰਡੀ ਵੱਡੀ ਜਾ ਕੇ ਵਾ ਕਣਕ ਚੱਕ ਕੇ ਛੱਡ ਦਈਏ ਬੰਦੇ ਦੇ ਘਰੇ, ਉਹ ਤੋਂ ਬਾਅਦ ਵਿਹਲੇ ਕਣਕ ਤੋਂ, ਉਹ ਤੋਂ ਬਾਅਦ ਤੂੜੀ ਦਾ ਕੰਮ ਰਹਿਣਾ ਆਪਣਾ। ਬੋਰੀਆਂ ਲੱਦਣੀਆਂ 16, ਹੁਣ ਟਰੈਕਟਰ ਮਾੜਾ ਜਿਹਾ ਤਾਂ ਮੂਹਰੋਂ ਉੱਠੂਗਾ ਜੀ, ਫਿਲਹਾਲ ਦੀ ਘੜੀ ਹੋਣਾ ਟਾਇਰਾਂ ਆਏ ਆ ਨਾ, ਟਾਇਰਾਂ 'ਚ ਦੇਖ ਲਿਓ ਵਜਨ ਦੇ ਹੋ ਗਏ, ਤਾਂ ਕਣਕ ਲਾਇਆ ਹੀ ਕਰਾਂ ਇਹ। ਥੋੜੀਆਂ ਮੋਟਾਂ ਤਾਂ ਮੈਂ ਕਲੋਨਾ ਕਰਦਾ ਹੀ ਹੁੰਦਾ, ਹੁਣ ਸਹੀ ਢੰਗ ਨਾਲ ਚਾਹ ਲੈਣਾ, ਬੰਪਰ ਲੰਬਾ ਲਵਾ ਲਿਆ ਉਹਦੇ ਕਰਕੇ ਜਮ੍ਹਾਂ ਨਹੀਂ ਉੱਠਦਾ, ਪਹਿਲਾਂ ਤਾਂ ਉੱਠ ਕੱਢਦਾ ਹੁੰਦਾ ਸੀਗਾ ਲੈਫਟ ਚੱਕਣ ਸਾਰ ਹੀ, ਹੁਣ ਬਹੁਤ ਫਰਕ ਪੈ ਗਿਆ ਅੱਗੇ ਨਾਲ। ਉੱਦਣ ਮੈਂ ਮਿਲਣਾ, ਮੈਂ ਵਲੌਗ ਨਹੀਂ ਬਣਾਏਗਾ,
अच ये 15 या 16 बोरिया ने उदन 20 उदन भी नहीं उठा है जे ठाणा जाइए तो यह 10 बोरिया से भी उठ खड़ू जे पंगा लीए तो हूँ मैं बंदा कला ही हाँ बोरी डैप ही चकनी पै जानी है जे होंगे दो जने फिर चक लेने बोर आप भी अगले तो अगले दिन की शाम हो गई तो ब्लॉग भी नहीं दो दिन पा हो बिजी बाले सके कबूतर च कबूतर वाले ब्लॉग की डिमांड बाली सी त करके आप फिर ब्लॉग बना लगे बदल चढ़ के आ चुका कबूतर अपने दो बार आता हो ड्राइवर इधर दी चढ़ू हूँ ये लै भी आ छतरी फड़ाई कट के कबूतरी आ गई नाले इधरली आह लंबे ढंग वाली फड़ा दे कबूतर दो एक तो जाल चो निकल गया तो एक कल डाई सी सारा दिन बहर रही अज हूँ फैर रही है तो ला लें लाऊ देखते हूँ आँदी है कि नहीं खड़े इतें कित ही कबूतरी हाँ ये भी अपनी हुई है एक तो आ गई कितने गई बदल दिन भी नहीं आ गई छतरी डापी ओ किधर मारे चक्के सर लावे होंगे बाजियां कट के दिखाई कैसे करते होंगे हाँ नहीं कहते नहीं अच्छा पत्ते बाजियां बड़ा रौला पैंदा यार पत्ते मैनु हासा ही बड़ा आया भाई एक बार तो बाजी बस आही गल हो पी आजा पुत शाम आजा पुत आजा पुत हो गया हां फिर एक आ गया दे अपना तेरा बंगला वा ऑल वर्ल्ड दे बंगले यार आप खोल के जाने होंने बंद हो जाता है ना बिजली बाली लटकदी है यार पंगा पाउंदे आ कबूतर इदां सारे तैयार आ बाजियां हुंदियां नेगियां होर की ओह सामने लेंटर ते कबूतर बैठदे अपने पिंड दे ज्यादातर उत्थे ही बैठा अपना एक कि दरख्त दे महंगा वा वो इतने बेरी ते आके बह एक बड़ा कबूतर ड्राइवर का आता बंगला बाकी आ भी दो गजाने वाले हाले थोड़ी रह गए गजाने वाले है कबूतर तो है नहीं कोई ओडा उत्ते बन्ने ओदी लत तेन बन दी जे बन दे ले चल चल बन ओ भी ड्राइवर जो ओ दिल एक दो तीन चार पांच छे सत अठ कबूतर बैठे आ अठा चो एक भी फड़ लिया 40 कोक नाले हुण कट किते उन्होंने फर ता भी ना फड़ा गया फिर तो तू पलाएगा दे दें की बनता आ बैठा कैमरा मैन आराम ना वह फोन है जो आप खत्तियां सट्टा ही चाहे इतने सट देन कोई चक्कर ही नहीं है ना लै भी तेरे ते जूं मारता मुंडिया बह के फड़ परे दी परे उधर नूं थले उतर जाना परे दी फड़ तू हाँ इधर हाँ उपर दी आए आए परे नूं हो परे दी जा तू ताही तो कहना यार तू गलत इधर हो पिछे उपर दी घूम परले पासे दी हुण हाँ इधर नूं कबूतर आ जाने भावे लै हुण फड़ ला इना टाइम फड़ ला हुण मार हाथ जा यार फड़ ला फंग टुट दे कोई चक्कर ही नहीं तेन इन्नी खोल छोट देती हूँ खुली छुट्टी देती तेन हूँ कबूतर नवे क्यों नहीं एज ओ ही फट ला उन्हें क्यों डाउना मौसम तो देख ला कह जे कबूतर उड के आजू कि हूँ गवाने वाले काम तू कोक वाले नहीं भरावा तू छित्र वाले काम कर रहा हूँ कोक वाली गलां तो तेरिया दूर ने इन्ने टाइम तो मैं दो फट लेने ही लैंने थले उतर जाना जानू हूँ चवटा जा मार ला जा भरावा रहन दे तू
तो भाई एक तो आ गया जरा कल का बहार अपना आ जा पुत एक आ फिर वा कबूतर वो भाई जो कल का कबूतर बहार वो अपना आ गया आहो उठता जानी के तुम वेदर चेक करो हाँ आ गया अरे बत्ते आ गया इधर आ जा हाँ जी आ जा क्यों मैं उतर सही है ना लो भाई जमें बेरी कोल दी निकल गई सानू पता नहीं लग्या आ रे आ गई मैच मच दी फिरदी है हवा नाल कल दी बाहर ही आ भाई का होर आ गया दो आ अपने ਕਾ ਵਾਲਾ ਵਾ ਹੋਰ ਇੱਕ ਕਿੱਥੇ ਗਈ ਇੱਕ ਦੋਨੇ ਆ ਰਹੇ ਆ ਆਪਣੀਆਂ ਪਰ ਚੱਲਿਆ ਕੋਕ ਲੈਣ ਤੇ ਹੁਣ ਦੇਖੋ ਪੱਕਾ ਇਹਨੇ ਉਤਰਦੇ ਨੇ ਔਲੂ ਚ ਡੈਪਣਾ ਸਾਡੇ ਵਾਲੇ ਚੱਲ ਬਈ ਡੈਗ ਪਿਆ ਸਵਾਦ ਹੀ ਆ ਜੇ ਸਵਾਦ ਹੀ ਆ ਜੇ ਤੈਨੂੰ ਕਹਿ ਡੈਗ ਪਾ ਚਾਹੇ ਜਾਣ ਕੇ ਹੀ ਡੈਪਾ ਸਵਾਦ ਹੀ ਆਜੂ ਪਰ ਮਿਲਦਾ ਇਹਨੇ ਸੱਚੀ ਡੈਪਣ ਚੱਲ ਯਾਰ ਕੋਕ ਤਾਂ ਲਿਆ ਫਿਰ ਚੱਲ ਉਤਰ ਜਾ ਫਿਰ ਛਾਲ ਨਾ ਮਾਰ ਦੇਖੀ ਤੇ ਪੈਰ ਹੀ ਨਹੀਂ ਰੱਖੇ ਥੱਲੇ ਵਾਲੇ ਕੰਧ ਤੇ ਉਹ ਕਿੱਧਰ ਚਲੇ ਗਿਆ ਓਏ 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 ਪਹੁੰਚ ਗਿਆ ਬਾ ਇਹ ਕੋਕ ਲੈ ਕੇ ਆਉਂਦਾ ਮੈਂ ਜਾਨੂੰ ਕਬੂਤਰਾਂ ਦੇ ਨਿਗਾਹ ਰੱਖਦਾ ਜੋਤ ਵੀ ਜਿੰਮ ਲਾ ਕੇ ਆ ਗਿਆ ਕਹਿੰਦੇ ਜਿੰਮ ਹੁਣ ਇੱਥੇ ਵੀ ਲਾਈ ਜਾਂਦਾ ਹੈ ਹੁਣ ਮੈਂ ਜਿੰਮ ਲੱਗਣਾ ਪਰਸੋਂ ਤੋਂ ਲੱਗਣਾ ਸਵੇਰ ਦੇ ਆਪਾਂ 5 ਵਜੇ ਜਿੰਮ ਜਾਇਆ ਕਰਾਂਗੇ 6:30 ਆ ਕੇ ਕਬੂਤਰ ਡਾ ਦਿਆ ਕਰਾਂਗੇ ਹੁਣ ਮੈਂ ਪੂਰਾ ਸੋਚ ਲਿਆ ਵੀ ਮੈਂ ਪਰਸੋਂ ਨੂੰ ਜਿੰਮ ਜਾਣਾ ਹੀ ਜਾਣਾ ਮੀਂਹ ਪੈ ਗਿਆ ਸਾਡਾ ਦਿਲ ਧੜਕ ਰਿਹਾ ਸਾਡੇ ਦੋ ਕਬੂਤਰ ਬਾਹਰ ਆ ਤੂੰ ਤਾਂ ਹੱਸੀ ਹੋਈ ਜਾਇਆ ਕਰ ਭਰਾਵਾ ਤੇ ਕੋਕ ਆਪਣਾ ਆ ਗਿਆ ਚੱਕ ਲਾ ਜੋਤ ਸਿਪ ਸਿਪ ਕਰਕੇ ਕੋਕ ਪੀਂਦਾ ਹੋਇਆ ਉਹ ਕੋਕ ਹੀ ਪੀਨਾ ਨਹੀਂ ਫਿਰ ਕੀ ਹੋ ਗਿਆ ਇੱਧਰ ਕੋਠੇ ਛਾਲ ਮਾਰ ਲੱਗਾ ਆ ਤਾਂ ਮਤਿਆ ਨਾ ਨਾ ਯਾਰ ਐਂ ਨਾ ਕਰ ਉੱਤਰ ਤਾਂ ਆ ਗਿਆ ਆਪਣਾ ਬਹਿ ਆ ਯਾਰ ਘਰੇ ਕਿਉਂ ਉੱਤਰ ਸਹੀ ਹੈ ਇੰਨਾ ਤੇ ਆਹ ਦੇਖੋ ਬਈ ਆਹ ਉੜਦਾ ਵਾ ਬਸ ਇਹ ਬਹਿ ਜਾਵੇ ਇੱਕ ਵਾਰ ਆਵੇਂ ਪਾ ਦੋ ਉੜਦੇ ਆ ਕੀ ਰਵੇ ਉੱਤਰੀ ਦੇਖਦੇ ਸੀ ਆ ਕੇ ਬਹਿ ਗਈ ਜਾਲ ਦੇ ਉੱਤੇ ਹੁਣ ਦੇਖਦੇ ਇਹਦੀ ਕਰਾਮਾਤ ਕਿਵੇਂ ਕਰਦਾ ਕਿਵੇਂ ਨਹੀਂ ਵਿਚਾਲੇ ਹੋ ਗਈ ਉਹ ਤਾਂ ਵਿਚਾਲੇ ਹਾਂ ਹੰਬੀ ਹੋਈ ਆ ਸਵੇਰੇ ਠਾਲੀ ਤੇ ਅੱਜ ਸ਼ਾਮ ਨੂੰ ਆਈ ਆ ਕਬੂਤਰੀ ਆਹ ਵਾਲੀ ਹੁਣ ਇਹਨੂੰ ਕਿਸੇ ਲੋੜ ਫੜ ਫੁੜ ਕੇ ਇਹਨੂੰ ਤਾੜੀਏ ਪਹਿਲਾਂ ਤਾਂ ਕੱਲ੍ਹ ਉੱਡੀ ਵੀ ਐਂ ਸੀ ਇੱਥੋਂ ਹੀ ਉੱਡੀ ਸੀ ਇੱਥੇ ਹੀ ਆ ਕੇ ਬੈਠੇ ਬੈਠੀ ਆ ਇਹ ਹੁਣ ਇਹਨੂੰ ਕਿਸੇ ਲੋੜ ਛਤਰੀ 'ਤੇ ਬਿਠਾਉਂਦੇ ਹਾਂ ਆਪਾਂ ਉੱਧਰ ਦੇਖੋ ਕੀ ਕਰੀ ਜਾਂਦਾ ਜਾਲ ਜਿਹਾ ਵੜਕਾਈ ਜਾਂਦਾ ਇੱਧਰ ਨੂੰ ਹਾਂ ਬਈ ਕੀ ਹੋ ਗਿਆ ਰੋਵੀ ਦੇਖੋ ਇਹਦੀ ਕਰਾਮਾਤ ਨਾ ਨਾ ਸਾਰੇ ਸਾਰੇ ਖੰਭ ਝਾੜ ਤੇ ਹੰਬੀ ਪਈ ਆ ਬਾਰੇ ਗਿੱਲੀ ਕਿਵੇਂ ਲਸਕਦੀ ਆ ਫੜ ਲਈ ਪੁੱਤਰੀ ਤਾਂ ਫੜ ਲਈ ਹੁਣ ਉਹ ਕੰਧ ਦੇ ਉੱਤੇ ਚੜੂਗਾ ਉੱਤੇ ਜਾ ਕੇ ਫੜ ਲੂ ਹਾਂ ਇੱਧਰ ਹੀ ਜਾ ਸੌਖਾ ਵਾ ਓਏ 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 ਡਿੱਗਣਾ ਪਈ ਆ ਵੀ ਹੋਈ ਆ ਆ ਜਾ ਅੱਗੇ ਨੂੰ ਆ ਜਾ ਤੂੰ ਖੜ ਜਾ ਹੋਰ ਲਿਆਉਣਾ ਖੜ ਜਾ ਪੁੱਤਰੀ ਤੂੰ ਇੱਥੇ ਆ ਉਹ ਕੁੱਤੀ ਆ ਗਈ ਆ ਗਈ ਐ ਕਾ ਫਿਰਦੀ ਆ ਫੜੀ ਗਈ ਓਏ ਚੱਕ ਫੜ ਲਈ ਕੱਲ ਦੀ ਅੱਜ ਦੂਜਾ ਵੀ ਆ ਗਿਆ ਕਬੂਤਰ ਘਰ ਜਾ ਦੇਖ ਲੂ ਡਰੀ ਹੋਈ ਆ ਨੀ ਥੱਕੀ ਹੋਈ ਆ ਥੱਕੀ ਹੋਈ ਵੀ ਡਰੀ ਵੀ ਗਿਆ ਹੱਦ ਆ